IPL ਦਾ 35ਵਾਂ ਮੁਕਾਬਲਾ ਸ਼ੁੱਕਰਵਾਰ ਨੂੰ ਈਡਨ ਗਾਰਡਨਸ ਦੇ ਰਾਇਲ ਚੈਲੰਜਰਸ ਬੈਂਗਲੁਰੂ ਅਤੇ ਕਲਕੱਤਾ ਨਾਈਟ ਰਾਈਡਰਸ ਦੇ ਵਿੱਚ ਖੇਡਿਆ ਗਿਆ। ਟੌਸ ਜਿੱਤ ਕੇ KKR ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੈਂਗਲੁਰੂ ਦੀ ਟੀਮ ਵੱਲੋਂ 20 ਓਵਰਾਂ ਦੇ ਵਿੱਚ 4 ਵਿਕਟਾਂ ਗਵਾ ਕੇ 213 ਰਨ ਬਣਾਏ ਗਏ। ਵਿਰਾਟ ਕੋਹਲੀ ਨੇ ਇਸ ਦੌਰਾਨ 100 ਰਨ ਬਣਾਏ। ਉਨ੍ਹਾਂ ਨੇ 58 ਗੇਂਦਾਂ ਦੀ ਪਾਰੀ ਤੇ 9 ਚੌਕੇ ਅਤੇ 6 ਛੱਕੇ ਲਾਏ। ਇਹ ਉਨ੍ਹਾਂ ਦੇ IPL ਕਰੀਅਰ ਦਾ 5ਵਾਂ ਸ਼ਤਕ ਹੈ। ਕੋਹਲੀ ਨੇ 57ਵੀਂ ਗੇਂਦ ਤੇ ਚੌਕਾ ਲਗਾ ਕੇ ਸੀਜ਼ਨ ਵਿੱਚ ਆਪਣਾ ਪਹਿਲਾ ਸ਼ਤਕ ਲਗਾਇਆ ਹੈ। ਉੱਥੇ ਦੱਸ ਦਈਏ ਕਿ ਮੋਇਨ ਅਲੀ ਨੇ 28 ਗੇਂਦਾਂ ਤੇ 66 ਰਨ ਬਣਾਏ। ਕੋਹਲੀ ਨੇ ਮੋਇਨ ਦੇ ਨਾਲ ਤੀਸਰੇ ਵਿਕਟ ਦੇ ਲਈ 92 ਅਤੇ ਮਾਰਕ ਸਟੋਇਨਸ ਦੇ ਨਾਲ ਚੌਥੇ ਵਿਕਟ ਦੇ ਲਈ 64 ਰਨ ਦੀ ਸਾਂਝੇਦਾਰੀ ਪਾਰੀ ਖੇਡੀ। ਸਟੋਇਨਸ 8 ਗੇਂਦਾਂ ਤੇ 17 ਰਨ ਬਣਾ ਕੇ ਆਊਟ ਹੋ ਗਏ। ਬੈਂਗਲੁਰੂ ਨੇ ਆਖਰੀ 5 ਓਵਰਾਂ ਦੇ ਵਿੱਚ 91 ਰਨ ਬਣਾਏ। ਉੱਥੇ ਜੇ ਗੱਲ ਕੀਤੀ ਜਾਵੇ ਕਲਕੱਤਾ ਦੀ ਟੀਮ ਦੀ ਤਾਂ ਕਲਕੱਤਾ ਦੀ ਟੀਮ ਦੇ ਲਈ ਨਿਤੀਸ਼ ਰਾਣਾ ਨੇ 85 ਅਤੇ ਆਂਦਰੇ ਸੇਲ ਨੇ 65 ਰਨ ਬਣਾਏ। ਦੋਨਾਂ ਨੇ 5ਵੇਂ ਵਿਕਟ ਦੇ ਲਈ 48 ਗੇਂਦਾਂ ਤੇ 118 ਰਨ ਦੀ ਸਾਂਝੇਦਾਰੀ ਪਾਰੀ ਖੇਡੀ। ਇਸ ਤਰ੍ਹਾਂ ਦੇ ਨਾਲ ਟੀਮ 20 ਓਵਰਾਂ ਦੇ ਵਿੱਚ 5 ਵਿਕਟਾਂ ਗਵਾ ਕੇ 203 ਰਨ ਹੀ ਬਣਾ ਸਕੀ ਅਤੇ ਬੈਂਗਲੁਰੂ ਦੀ ਟੀਮ ਨੇ 13 ਦੌੜਾਂ ਦੇ ਨਾਲ ਇਹ ਮੈਚ ਆਪਣੇ ਨਾਮ ਕਰ ਲਿਆ। ਉੱਥੇ ਜੇ ਗੱਲ ਕੀਤੀ ਜਾਵੇ ਇਸ ਮੈਚ ਦੇ ਪਲੇਅਰ ਆਫ ਮੈਚ ਦੀ ਤਾਂ ਵਿਰਾਟ ਕੋਹਲੀ ਰਹੇ, ਜਿਨ੍ਹਾਂ ਨੇ ਕਿ ਪੂਰੇ 100 ਰਨ ਬਣਾਏ। ਉੱਥੇ ਜੇ ਗੱਲ ਕੀਤੀ ਜਾਵੇ ਅੱਜ ਦੇ ਮੁਕਾਬਲੇ ਦੀ ਤਾਂ ਅੱਜ 2 ਮੁਕਾਬਲੇ ਖੇਡੇ ਜਾਣਗੇ। ਪਹਿਲਾ ਮੁਕਾਬਲਾ ਸਵਾਈ ਮਾਨ ਸਿੰਘ ਸਟੇਡੀਅਮ ਦੇ ਵਿੱਚ ਰਾਜਸਥਾਨ ਰਾਇਲਸ ਅਤੇ ਮੁੰਬਈ ਇੰਡੀਅਨਸ ਦੇ ਵਿੱਚ ਹੋਵੇਗਾ। ਦੂਜੇ ਪਾਸੇ ਦੱਸ ਦਈਏ ਕਿ 37ਵਾਂ ਮੁਕਾਬਲਾ ਦਿੱਲੀ ਦੇ ਫਿਰੋਜ਼ ਸ਼ਾਹ ਕੋਟਲਾ ਮੈਦਾਨ ਦੇ ਵਿੱਚ ਮੇਜ਼ਬਾਨ ਦਿੱਲੀ ਕੈਪੀਟਲਸ ਦੀ ਟੀਮ ਕਿੰਗਸ 11 ਪੰਜਾਬ ਦੇ ਖਿਲਾਫ ਖੇਡੇਗੀ। ਪਹਿਲਾ ਮੈਚ ਸ਼ਾਮ 4 ਵਜੇ ਤੇ ਦੂਜਾ ਮੈਚ ਰਾਤੀ 8 ਵਜੇ ਖੇਡਿਆ ਜਾਵੇਗਾ। ਮੁੰਬਈ, ਪੰਜਾਬ ਅਤੇ ਦਿੱਲੀ ਨੇ ਹੁਣ ਤੱਕ 9-9 ਮੁਕਾਬਲੇ ਖੇਡੇ ਨੇ। ਉੱਥੇ ਜੇ ਗੱਲ ਕੀਤੀ ਜਾਵੇ ਪੁਆਇੰਟਸ ਟੇਬਲ ਦੀ ਤਾਂ ਮੁੰਬਈ ਦੂਜੇ ਸਥਾਨ ਤੇ ਹੈ, ਦਿੱਲੀ ਤੀਸਰੇ ਅਤੇ ਪੰਜਾਬ ਚੌਥੇ ਸਥਾਨ ਤੇ ਹੈ। ਹੁਣ ਤੱਕ ਹੋਏ IPL ਦੇ ਮੈਚਾਂ ਦੇ ਵਿੱਚੋਂ ਵਾਰਨਰ ਸਭ ਤੋਂ ਵੱਧ ਰਨ ਬਣਾਉਣ ਵਾਲੇ ਅਤੇ ਕਗੀਸੋ ਰਬਾੜਾ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਖਿਡਾਰੀ ਬਣੇ ਨੇ। IPL 12 ਦੇ ਸਾਰੇ ਲਾਈਵ ਅਪਡੇਟਸ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਬਿਊਰੋ ਰਿਪੋਰਟ, TV NRI ਸਪੋਰਟਸ।